ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 9 ਅਪ੍ਰੈਲ 2024। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 9 ਅਪ੍ਰੈਲ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੌਣ ਹਾਲ ਹੀ ਵਿੱਚ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰਨ ਵਾਲਾ ਇਕਲੌਤਾ ਭਾਰਤੀ ਵੈਟਲਿਫਟਰ ਬਣਿਆ ਹੈ? ਹਾਂਜੀ, ਪੈਰਿਸ ਓਲੰਪਿਕ 2024 ਦੇ ਲਈ ਕੁਆਲੀਫਾਈ ਕਰਨ ਵਾਲਾ ਇਕਲੌਤਾ ਭਾਰਤੀ ਵੇਟਲਿਫਟਰ ਬਣਿਆ ਵਾ ਮੀਰਾਬਾਈ ਚਾਨੂ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਮੀਰਾਬਾਈ ਚਾਨੂ ਇਕਲੌਤੀ ਭਾਰਤੀ ਆ ਜਿਹੜੀ ਕਿ ਪੈਰਿਸ ਓਲੰਪਿਕ 2024 ਦੇ ਲਈ ਕੁਆਲੀਫਾਈ ਕਰਨ ਵਾਲੀ ਵੇਟਲਿਫਟਰ ਬਣੀ ਆ। ਠੀਕ ਹੈ, ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਮੀਰਾਬਾਈ ਚਾਨੂ। ਨੈਕਸਟ ਕੁਐਸਚਨ, ਇਸ ਨੇ ਹਾਲ ਹੀ ਵਿੱਚ 15ਵਾਂ CIDC ਵਿਸ਼ਵਕਰਮਾ ਅਵਾਰਡ ਜਿੱਤਿਆ। ਹਾਂਜੀ, CIDC ਜਾਣੀ ਕਿ ਕੰਸਟਰਕਸ਼ਨਸ ਇੰਡਸਟਰੀ ਡਿਵੈਲਪਮੈਂਟ ਕੌਂਸਿਲ ਵਿਸ਼ਵਕਰਮਾ ਅਵਾਰਡ ਜਿੱਤਿਆ ਵਾ ਗੇਲ ਨੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਕਿਸ ਰਾਜ ਦੀ ਮਦਰੱਸਾ ਸਿੱਖਿਆ ਨੀਤੀ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰਨ ਵਾਲੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ? ਹਾਂਜੀ, ਦੇਖੋ ਉੱਤਰ ਪ੍ਰਦੇਸ਼ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਮਦਰੱਸਾ ਸਿੱਖਿਆ ਨੀਤੀ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਸੀ। ਠੀਕ ਹੈ, ਹੁਣ ਇਹਦੇ ਤੇ ਰੋਕ ਲਗਾਈ ਆ ਸੁਪਰੀਮ ਕੋਰਟ ਨੇ। ਆਪਸ਼ਨ ਸੀ ਇਸ ਦਾ ਰਾਈਟ ਆਂਸਰ, ਉੱਤਰ ਪ੍ਰਦੇਸ਼। ਤੇ ਦੇਖ ਸਕਦੇ ਹੋ ਹੁਣ ਤੁਸੀਂ ਫਿਰ ਮੈਪ ਦੇ ਵਿੱਚ ਉੱਤਰ ਪ੍ਰਦੇਸ਼, ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ, ਚੀਫ ਮਿਨਿਸਟਰ ਆ ਯੋਗੀ ਆਦਿੱਤਿਆਨਾਥ, ਗਵਰਨਰ ਆ ਨੰਦੀ ਬੈਨ ਪਟੇਲ। ਉੱਤਰ ਪ੍ਰਦੇਸ਼ ਦੇ ਵਿੱਚ ਦੁਧਵਾ ਨੈਸ਼ਨਲ ਪਾਰਕ ਆ, ਚੀਤਿਆਂ ਲਈ ਫੇਮਸ ਆ। ਇੱਥੋਂ ਦੇ ਫੇਮਸ ਲੋਕ ਨਾਚ ਆ ਝੋਰਾ, ਨੋਟੰਕੀ, ਕਜ਼ਰੀ। ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼। ਮਥੁਰਾ ਦੇ ਮਸ਼ਹੂਰ ਸਾਂਝੀ ਸ਼ਿਲਪ ਨੂੰ GI ਟੈਗ ਮਿਲਿਆ। ਕੁਸ਼ੀਨਗਰ ਵਿੱਚ ਮਹਾਤਮਾ ਬੁੱਧ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ ਦਾ ਨੀਂਹ ਪੱਥਰ ਰੱਖਿਆ ਗਿਆ। ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ ਦੀ ਗ੍ਰਾਂਟ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤੀ। ਉੱਤਰ ਪ੍ਰਦੇਸ਼ ਨੇ ਦੇਸ਼ ਵਿੱਚ ਪਹਿਲੀ ਵਾਰ ਸੈਮੀ ਕੰਡਕਟਰ ਨੀਤੀ ਲਾਗੂ ਕੀਤੀ। ਲਖਨਊ ਵਿੱਚ 67ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ ਦਾ ਆਯੋਜਨ ਕੀਤਾ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕਿੰਨੇ ਲੱਖ ਉਪਭੋਗਤਾਵਾਂ ਨੇ RBI ਦੀ ਡਿਜੀਟਲ ਕਰੰਸੀ ਨੂੰ ਅਪਣਾਇਆ ਹੈ? ਹਾਂਜੀ, ਰੀਸੈਂਟਲੀ ਕੁਝ ਰਿਪੋਰਟ ਕੱਢੀ ਗਈ ਹੈ, ਕੁਝ ਅੰਕੜੇ ਜਾਰੀ ਕੀਤੇ ਗਏ ਆ ਜਿਸ ਦੇ ਅਕੋਰਡਿੰਗ 50 ਲੱਖ ਉਪਭੋਗਤਾਵਾਂ ਨੇ RBI ਦੀ ਡਿਜੀਟਲ ਕਰੰਸੀ ਨੂੰ ਅਪਣਾਇਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ, 50 ਲੱਖ। ਨੈਕਸਟ ਹੈ, ਕਿਸ IIT ਵਿੱਚ ਸਰਲ 5G ਪ੍ਰਯੋਗਾਤਮਕ ਲਾਇਸੈਂਸ ਹਾਲ ਹੀ ਵਿੱਚ ਲਾਂਚ ਕੀਤਾ ਗਿਆ? ਹਾਂਜੀ, ਸਿੰਪਲੀਫਾਈਡ 5G ਐਕਸਪੈਰੀਮੈਂਟਲ ਲਾਇਸੈਂਸ ਹੈ ਜਿਹੜਾ, ਇਹ ਲਾਂਚ ਕੀਤਾ ਗਿਆ IIT ਮਦਰਾਸ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ IIT ਦੀ ਗੱਲ ਆ ਤਾਂ ਉੱਤਰ ਪ੍ਰਦੇਸ਼ ਸਰਕਾਰ ਨੇ ਬਿਹਤਰ ਆਫਤ ਪ੍ਰਬੰਧਨ ਲਈ IIT ਰੁੜਕੀ ਨਾਲ ਸਮਝੌਤਾ ਕੀਤਾ। IIT ਗੁਹਾਟੀ ਨੇ ਉੱਨਤ ਸਿਹਤ ਦੇਖਭਾਲ ਲਈ ਸਵਸਥਾ ਪ੍ਰੋਜੈਕਟ ਦਾ ਉਦਘਾਟਨ ਕੀਤਾ। ਭਾਰਤੀ ਜਲ ਸੈਨਾ ਨੇ ਨਵੀਨਤਾ ਅਤੇ ਖੋਜ ਲਈ IIT ਕਾਨਪੁਰ ਨਾਲ ਸਮਝੌਤਾ ਕੀਤਾ।
ਆਈਆਈਟੀ ਰੋਪੜ ਦੇ ਖੋਜਕਰਤਾਵਾਂ ਨੇ ਸਤਲੁਜ ਵਿੱਚ ਇੱਕ ਦੁਰਲੱਭ ਧਾਤ ਪੈਟਾਲਮ ਦੀ ਖੋਜ ਕੀਤੀ। ਨੈਕਸਟ ਹੈ, ਕਿਸ ਨੇ ਹਾਲ ਹੀ ਵਿੱਚ ਵੋਇਸ ਕਲੋਨਿੰਗ ਟੂਲ ਵੋਇਸ ਇੰਜਨ ਦਾ ਉਦਘਾਟਨ ਕੀਤਾ? ਹਾਂਜੀ, ਵੋਇਸ ਕਲੋਨਿੰਗ ਟੂਲ ਜਿਸਦਾ ਨਾਮ ਆ ਵੋਇਸ ਇੰਜਨ, ਅਤੇ ਇਸਦਾ ਉਦਘਾਟਨ ਕੀਤਾ ਓਪਨ ਆਰਟੀਫਿਸ਼ਲ ਇੰਟੈਲੀਜੈਂਸ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਇਸ ਦੇ ਵਿੱਚ ਕੀ ਆ, ਜਿਵੇਂ ਮੈਂ ਹੁਣ ਤੁਹਾਨੂੰ ਦੇਖੋ ਵੀਡੀਓ ਬਣਾ ਰਹੀ ਹਾਂ, ਇੱਕ ਮਤਲਬ ਕਿ ਮੈਂ ਕੀ ਕਰ ਰਹੀ ਹਾਂ, ਪੜ੍ਹਾ ਰਹੀ ਹਾਂ, ਕਲਾਸ ਚੱਲ ਰਹੀ ਆ ਆਪਣੀ। ਇਹਦੇ ਵਿੱਚ ਕੀ ਆ, ਜਿਹੜਾ ਓਪਨ ਆਰਟੀਫਿਸ਼ਲ ਇੰਟੈਲੀਜੈਂਸ ਨੇ ਵੋਇਸ ਇੰਜਨ ਲਾਂਚ ਕੀਤਾ ਵਾ, ਮੰਨ ਕੇ ਚੱਲੋ ਮੈਂ ਇਹ PDF ਓਪਨ ਕੀਤਾ ਹੋਇਆ, ਅਤੇ ਇਸ PDF ਦੇ ਵਿੱਚ ਮੈਂ ਇਹਨੂੰ ਬੋਲ ਕੇ ਆਊਟਪੁੱਟ ਦੇਣੀ ਆ, ਆਊਟਪੁੱਟ ਦੇਣੀ, ਮੈਂ ਇਹ ਮੇਰੇ ਤੋਂ ਇਨਪੁੱਟ ਲਊਗਾ ਵੋਇਸ ਇੰਜਨ, ਠੀਕ ਹੈ। ਇਨਪੁੱਟ ਕਿਵੇਂ ਲਊਗਾ, ਮੈਂ ਇਹਨੂੰ ਦੋ ਲਾਈਨਾਂ ਬੋਲ ਕੇ ਦੱਸੂੰਗੀ ਕਿ ਕਿਸ ਨੇ ਹਾਲ ਹੀ ਵਿੱਚ ਵੋਇਸ ਕਲੋਨਿੰਗ ਟੂਲ ਵੋਇਸ ਇੰਜਨ ਦਾ ਉਦਘਾਟਨ ਕੀਤਾ। ਇਹਨੇ ਕੀ ਕਰਨਾ, ਮੇਰੀ ਆਵਾਜ਼ ਨੂੰ ਟਰੈਕ ਕਰ ਲੈਣਾ, ਮੇਰੀ ਆਵਾਜ਼ ਨੂੰ ਟਰੈਕ ਕਰਕੇ ਸਾਰੇ ਦਾ ਸਾਰਾ ਪੇਜ ਜਿਹੜਾ ਇਹਦੇ ਮੂਹਰੇ ਖੁੱਲਿਆ ਹੋਇਆ, ਇਹਨੇ ਉਹਨੂੰ ਮੇਰੀ ਹੀ ਆਵਾਜ਼ ਦੇ ਵਿੱਚ ਬੋਲਣਾ ਸ਼ੁਰੂ ਕਰ ਦੇਣਾ। ਇਹ ਆ ਇਸ ਵੋਇਸ ਇੰਜਨ ਦਾ ਕੰਮ, ਠੀਕ ਹੈ। ਇਹ ਹੁਣ ਮੈਂ ਆਪਣੀ ਐਗਜ਼ਾਮਪਲ ਲੈ ਕੇ ਦੱਸਿਆ। ਦੇਖੋ ਇਹਦੇ ਵਿੱਚ ਕੀ ਹੈ ਕਿ ਜਿਵੇਂ ਕੁਝ ਨੋਟਸ ਆ, ਕੁਝ ਸਕ੍ਰਿਪਟ ਲਿਖੀ ਹੋਈ ਆ, ਤੁਸੀਂ ਬਸ ਇਸ ਦੀਆਂ ਦੋ ਤਿੰਨ ਲਾਈਨਾਂ ਰੀਡ ਕਰਨੀ ਆ। ਇਹ ਕੁਝ ਸੈਕਿੰਡ ਦਾ ਪ੍ਰੋਸੈਸ ਆ ਜਿਸ ਨੂੰ ਤੁਸੀਂ ਰੀਡ ਕਰਕੇ ਇਹਨੂੰ ਇਨਪੁੱਟ ਦੇਣੀ ਆ, ਤੇ ਇਨਪੁੱਟ ਦੇ ਰੂਪ ਵਿੱਚ ਲਵੇਗਾ ਤੇ ਬਾਅਦ ਵਿੱਚ ਪੂਰੇ ਦਾ ਪੂਰਾ ਸਕ੍ਰਿਪਟ ਤੁਹਾਡੀ ਆਵਾਜ਼ ਵਿੱਚ ਰੀਡ ਕਰ ਦੇਵੇਗਾ, ਠੀਕ ਹੈ। ਇਹ ਆ ਓਪਨ ਆਰਟੀਫਿਸ਼ੀਅਲ ਨੇ ਲਾਂਚ ਕੀਤਾ, ਉਦਘਾਟਨ ਕੀਤਾ ਇਸਦਾ, ਇਹਦਾ ਨਾਮ ਆ ਵੋਇਸ ਇੰਜਨ। ਹੈ ਕੀ ਆ ਇਹ, ਵੋਇਸ ਕਲੋਨਿੰਗ ਟੂਲ ਆ। ਨੈਕਸਟ ਹੈ, ਵਿੱਤੀ ਸਮੂਹ ਟੈਕਟੋ ਮਾਥ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਦਾ ਬਾਜ਼ਾਰ ਪੂੰਜੀਕਰਨ $10 ਟ੍ਰਿਲੀਅਨ ਕਦੋਂ ਤੱਕ ਪਹੁੰਚ ਜਾਵੇਗਾ? ਹਾਂਜੀ, ਵਿੱਤੀ ਸਮੂਹ ਪੈਂਟੋ ਮਾਥ ਇਸਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ ਦੇ ਅਕੋਰਡਿੰਗ ਭਾਰਤ ਬਾਜ਼ਾਰ ਦਾ ਪੂੰਜੀਕਰਨ $10 ਟ੍ਰਿਲੀਅਨ ਤੱਕ ਪਹੁੰਚੇਗਾ 2030 ਦੇ ਵਿੱਚ। 2030 ਤੱਕ ਭਾਰਤ ਦਾ ਜਿਹੜਾ ਪੂੰਜੀਕਰਨ ਆ, ਬਾਜ਼ਾਰ ਪੂੰਜੀਕਰਨ ਆ, ਇਹ $10 ਟ੍ਰਿਲੀਅਨ ਤੱਕ ਪਹੁੰਚ ਜਾਵੇਗਾ। ਨੈਕਸਟ ਹੈ, ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਹਿਮਾਲਿਆ ਵਿੱਚ GLOF ਦੇ ਯੋਖਮਾ ਦਾ ਮੁਲਾਂਕਣ ਕੀਤਾ ਹੈ? ਮੁਲਾਂਕਣ ਕਰਨਾ ਮਤਲਬ ਉਹਨਾਂ ਨੂੰ ਅਸੈਸਡ ਕਰਨਾ, ਉਹਨਾਂ ਦਾ ਅਸੈਸਮੈਂਟ ਕਰਨਾ ਕਿ ਉਹਦਾ ਮੁਲਾਂਕਣ ਕਰਨਾ, ਮੁਲਾਂਕਣ ਕਰਨਾ ਮਤਲਬ ਕੁਝ ਅੰਕੜੇ ਤਿਆਰ ਕਰਨੇ, ਠੀਕ ਹੈ, ਨਿਰੀਖਣ ਕਰਨਾ, ਪ੍ਰੀਖਣ ਕਰਨਾ ਜਿਵੇਂ ਆਪਾਂ ਨੂੰ ਬੋਲ ਸਕਦੇ ਹਾਂ। ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਹਿਮਾਲਿਆ ਦੇ ਵਿੱਚ GLOF ਯਾਨੀ ਕਿ ਗਲੇਸ਼ੀਅਰ ਲੈਕ ਆਊਟਰੈਸਟ ਫੋਰ ਫਲੱਡ ਇਸਦੇ ਜੋਖਮਾਂ ਦਾ ਮੁਲਾਂਕਣ ਕੀਤਾ ਵਾ ਉੱਤਰਾਖੰਡ ਦੀ ਗੌਰਮੈਂਟ ਨੇ? ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ ਉੱਤਰਾਖੰਡ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ। ਉੱਤਰਾਖੰਡ ਦੀ ਕੈਪੀਟਲ ਕੀ ਆ? ਦਹਿਰਾਦੂਨ। ਇੱਕ ਸਮਰ ਕੈਪੀਟਲ ਆ ਗੈਰਸੇ। ਇੱਥੋਂ ਦੇ ਚੀਫ ਮਿਨਿਸਟਰ ਆ ਪੁਸ਼ਕਰ ਸਿੰਘ ਧਾਮੀ, ਗਵਰਨਰ ਆ ਗੁਰਮੀਤ ਸਿੰਘ। ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਆ ਹੈਲੀ ਨੈਸ਼ਨਲ ਪਾਰਕ, ਇਸਦੀ ਸਥਾਪਨਾ 1936 ਦੇ ਵਿੱਚ ਹੋਈ ਅਤੇ ਵਰਤਮਾਨ ਸਮੇਂ ਇਸਦਾ ਨਾਮ ਆ ਜਿਮ ਕੋਰਬਿਟ ਨੈਸ਼ਨਲ ਪਾਰਕ। ਉੱਤਰਾਖੰਡ ਦੇ ਵਿੱਚ ਹੈਲੀ ਨੈਸ਼ਨਲ ਪਾਰਕ ਆ, ਗੰਗੋਤਰੀ ਨੈਸ਼ਨਲ ਪਾਰਕ ਆ, ਰਾਜਾ ਜੀ ਨੈਸ਼ਨਲ ਪਾਰਕ ਆ, ਨੰਦਾ ਦੇਵੀ ਨੈਸ਼ਨਲ ਪਾਰਕ ਆ, ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਆ, ਗੋਬਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਆ। ਇੱਥੋਂ ਦੇ ਫੇਮਸ ਲੋਕ ਨਾਚ ਆ ਕਮਾਉਣੀ ਗੜਵਾਲੀ। ਟਹਿਰੀ ਵਨ ਯੋਜਨਾ ਉੱਤਰਾਖੰਡ ਰਾਜ ਵਿੱਚ ਸਥਿਤ ਆ। ਸਭ ਤੋਂ ਉੱਚੀ ਚੋਟੀ ਨੰਦਾ ਦੇਵੀ ਉੱਤਰਾਖੰਡ ਵਿੱਚ ਆ। ਉੱਤਰਾਖੰਡ ਦੇ ਵਿੱਚ ਫੁੱਲਾਂ ਦੀ ਘਾਟੀ ਆ। ਉੱਤਰਾਖੰਡ ਦੇ ਮੁੱਖ ਮੰਤਰੀ ਨੇ ਹਿਮਾਲੀਅਨ ਬਾਸਕਿਟ ਲਾਂਚ ਕੀਤਾ। ਉੱਤਰਾਖੰਡ ਗੁੱਡਸ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ। ਉੱਤਰਾਖੰਡ ਦੇ ਮੁੱਖ ਮੰਤਰੀ ਨੇ ਨਸ਼ਿਆਂ ਵਿਰੋਧ ਧਾਮੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉੱਤਰਾਖੰਡ ਸਰਕਾਰ ਨੇ ਬਾਹਰਲੇ ਲੋਕਾਂ ਦੁਆਰਾ ਖੇਤੀਬਾੜੀ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ।
ਸੰਯੁਕਤ ਫੌਜੀ ਅਭਿਆਸ ਸੂਰਜ ਕਿਰਨ ਦਾ 17ਵਾਂ ਸੰਸਕਰਨ ਪਿਥੌਰਾਗੜ੍ਹ ਵਿੱਚ ਆਯੋਜਿਤ ਕੀਤਾ ਗਿਆ। 10 ਦਿਨਾਂ ਦਾ ਉੱਤਰਾਖੰਡ ਮਹਾਉਤਸਵ ਲਖਨਊ ਦੇ ਵਿੱਚ ਸ਼ੁਰੂ ਹੋਇਆ। ਨੈਕਸਟ ਹੈ, ਕਿਸ ਦੇਸ਼ ਨੇ ਹਾਲ ਹੀ ਵਿੱਚ ਅਮੈਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਨਾਲ ਇੱਕ ਸੰਯੁਕਤ ਜਲ ਸੈਨਾ ਅਭਿਆਸ ਦਾ ਆਯੋਜਨ ਕੀਤਾ ਹੈ? ਹਾਂਜੀ, ਅਮੈਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ਨਾਲ ਇੱਕ ਸੰਯੁਕਤ ਜਲ ਸੈਨਾ ਅਭਿਆਸ ਦਾ ਆਯੋਜਨ ਕੀਤਾ ਫਿਲੀਪੀਨਸ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਕਿੱਥੇ ਕੀਤਾ ਗਿਆ ਇਹ ਆਯੋਜਨ? ਅਮੈਰੀਕਾ, ਆਸਟ੍ਰੇਲੀਆ ਅਤੇ ਜਾਪਾਨ ਅਤੇ ਫਿਲੀਪੀਨਸ ਦੇ ਨਾਲ ਇੱਕ ਸੰਯੁਕਤ ਜਲ ਸੈਨਾ ਅਭਿਆਸ ਆ ਜਿਹੜਾ ਇਹ ਹੋਵੇਗਾ ਜੀ ਸਾਊਥ ਚਾਈਨਾ ਸੀ ਦੇ ਵਿੱਚ। ਹੁਣ ਫਿਲੀਪੀਨਸ ਦੀ ਗੱਲ ਕੀਤੀ ਆ, ਇਸ ਦੀ ਕੈਪੀਟਲ ਆ ਮਨੀਲਾ, ਕਰੰਸੀ ਆ ਫਿਲੀਪੀਨਸ ਪੈਸੋ, ਪ੍ਰੈਜ਼ੀਡੈਂਟ ਆ ਵੋਂਗ ਵੋਂਗ ਮਾਰਕੋਸ। ਨੈਕਸਟ ਹੈ ਜੀ, ਹਾਲ ਹੀ ਵਿੱਚ ਗਲੈਮਰ ਐਂਡ ਲਾਈਫ ਸਟਾਈਲ ਅਵਾਰਡ 2024 ਵਿੱਚ ਕਿਸ ਨੂੰ ਸਨਮਾਨਿਤ ਕੀਤਾ ਗਿਆ? ਹਾਂਜੀ, ਗਲੈਮਰ ਐਂਡ ਲਾਈਫ ਸਟਾਈਲ ਅਵਾਰਡ 2024 ਦੇ ਵਿੱਚ ਸਨਮਾਨਿਤ ਕੀਤਾ ਗਿਆ ਵਾ ਲਵ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਵਾ ਜੀ ਡਾਕਟਰ ਨਿਕੇਸ਼ ਜੈਨ ਨੂੰ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਡਾਕਟਰ ਨਿਕੇਸ਼ ਜੈਨ ਨੂੰ ਗਲੈਮਰ ਐਂਡ ਲਾਈਫ ਸਟਾਈਲ ਅਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ। ਹੁਣ ਅਵਾਰਡ ਦੀ ਗੱਲ ਆ ਤਾਂ ਮਿਸਲ ਤੈਲਾ ਗ੍ਰਾਂਡੇ ਨੂੰ 2024 ਦਾ ਗਣਿਤ ਦਾ ਨੋਵਲ ਅਵਾਰਡ ਦਿੱਤਾ ਗਿਆ। ਅਮਿਤਾਭ ਘੋਸ਼ ਨੂੰ ਨੀਦਰਲੈਂਡ ਦਾ ਇਰੇਸਮਸ ਇਨਾਮ ਦਿੱਤਾ ਗਿਆ। ਨੀਤਾ ਅੰਬਾਨੀ ਨੂੰ ਮਿਸ ਵਰਲਡ ਹਿਊਮਨਟੇਰੀਅਨ ਅਵਾਰਡ ਦਿੱਤਾ ਗਿਆ। ਰਿਕਨ ਜਾਮਾਮੋਟੋ ਨੇ 2024 ਦਾ ਪ੍ਰਿਟਯਕਰ ਅਵਾਰਡ ਜਿੱਤਿਆ। ਨੈਕਸਟ ਹੈ, ਕਿਸ ਨੂੰ ਹਾਲ ਹੀ ਵਿੱਚ SPG ਵਿੱਚ ਇੰਸਪੈਕਟਰ ਜਨਰਲ ਨਿਯੁਕਤ ਕੀਤਾ ਗਿਆ? ਹਾਂਜੀ, SPG ਵਿੱਚ ਇੰਸਪੈਕਟਰ ਜਨਰਲ ਨਿਯੁਕਤ ਕੀਤਾ ਗਿਆ ਵਾ ਲਵ ਕੁਮਾਰ ਨੂੰ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਇਹ ਨੇ IPS ਆਫਿਸਰ ਲਵ ਕੁਮਾਰ। ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਰਾਕੇਸ਼ ਮੋਹਨ ਨੂੰ ਵਿਸ਼ਵ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਦੇ ਵਿੱਚ ਨਿਯੁਕਤ ਕੀਤਾ ਗਿਆ। ਰਵੀ ਕੋਟਾ ਨੇ ਅਸਮ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲਿਆ। ਟਾਟਾ ਇੰਟਰਨੈਸ਼ਨਲ ਨੇ ਰਾਜੀਵ ਸਿੰਘਲ ਨੂੰ ਮੈਨੇਜਿੰਗ ਡਾਇਰੈਕਟਰ ਚੁਣਿਆ। ਸੰਤੋਸ਼ ਕੁਮਾਰ ਝਾ ਕੋਂਕਣ ਰੇਲਵੇ ਕਾਰਪੋਰੇਸ਼ਨ ਦੇ ਨਵੇਂ CMD ਬਣੇ। ਨੈਕਸਟ ਹੈ, ਸਨਤੀ ਬੋਧੀ ਸਾਈਟ ਜੋ ਹਾਲ ਹੀ ਵਿੱਚ ਕਾਫੀ ਚਰਚਾ ਦੇ ਵਿੱਚ ਹੈ ਇਹ ਕਿਸ ਰਾਜ ਦੇ ਵਿੱਚ ਸਥਿਤ ਆ? ਹਾਂਜੀ, ਸਨਤੀ ਬੋਧੀ ਸਾਈਟ ਇਹ ਕਾਫੀ ਚਰਚਾ ਦੇ ਵਿੱਚ ਰਹੀ ਆ ਅਤੇ ਇਹ ਕਰਨਾਟਕ ਦੇ ਵਿੱਚ ਸਥਿਤ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਹੁਣ ਕਰਨਾਟਕ ਦੇ ਵਿੱਚ ਸਥਿਤ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ। ਕਰਨਾਟਕ ਦੀ ਕੈਪੀਟਲ ਕੀ ਆ? ਕਰਨਾਟਕ ਦੀ ਕੈਪੀਟਲ ਆ ਬੰਗਲੌਰ। ਚੀਫ ਮਿਨਿਸਟਰ ਆ ਸਿੱਧਰਮਈਆ, ਗਵਰਨਰ ਆ ਥਾਵਰ ਚੰਦ ਗਹਿਲੋਤ। ਕਰਨਾਟਕ ਦੇ ਵਿੱਚ ਨਾਗਰ ਹਾਲ ਨੈਸ਼ਨਲ ਪਾਰਕ ਆ, ਬਾਂਦੀਪੁਰ ਨੈਸ਼ਨਲ ਪਾਰਕ ਆ, ਤੁੰਗਭਦਰਾ ਨੈਸ਼ਨਲ ਪਾਰਕ ਆ, ਕੁਦਰੇਮੁਖਾ ਨੈਸ਼ਨਲ ਪਾਰਕ ਆ, ਵਾਈਲਡਲਾਈਫ ਸੈਂਚੁਰੀ ਆ ਸੋਮੇਸ਼ਵਰ ਵਾਈਲਡਲਾਈਫ ਸੈਂਚੁਰੀ, ਭਦਰਾ ਵਾਈਲਡਲਾਈਫ ਸੈਂਚੁਰੀ, ਅੰਸ਼ੀ ਨੈਸ਼ਨਲ ਪਾਰਕ, ਭਦਰੇ ਬਨੇਰਘਾਟਾ ਨੈਸ਼ਨਲ ਪਾਰਕ ਆ। ਠੀਕ ਹੈ, ਅਤੇ ਇਸ ਤੋਂ ਇਲਾਵਾ ਕਰਨਾਟਕ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਸੁਤਕਤੂਰ ਯਾਤਰਾ ਮਹਾਉਤਸਵ 2024 ਮੈਸੂਰ ਦੇ ਵਿੱਚ ਸ਼ੁਰੂ ਹੋਈ। ਭਾਰਤ ਨੇ ਕਰਨਾਟਕ ਵਿੱਚ ਸਵਦੇਸੀ ਹਾਈ ਸਪੀਡ ਫਲਾਇੰਗ ਵਿੰਗ UAV ਦਾ ਸਫਲ ਪ੍ਰੀਖਣ ਕੀਤਾ। ਰਕਸ਼ਾ ਰਮਈਆ ਕਰਨਾਟਕ ਦੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਪ੍ਰਧਾਨ ਚੁਣੀ ਗਈ। ਬੰਗਲੌਰ ਵਿੱਚ ਨਵਾਂ ਕੰਬਾਲਾ ਮੁਕਾਬਲਾ ਕਰਵਾਇਆ ਗਿਆ। ਔਰਤਾਂ ਦੀ ਅਗਵਾਈ ਵਾਲੇ ਸਟਾਰਟਅਪ ਦੀ ਗਿਣਤੀ ਵਿੱਚ ਬੰਗਲੌਰ ਟੌਪ 'ਤੇ ਰਿਹਾ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਲਈ ਜ਼ਰੂਰੀ ਵਸਤਾਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਨਿਰਯਾਤ ਕੋਟੇ ਨੂੰ ਮਨਜ਼ੂਰੀ ਦਿੱਤੀ? ਹਾਂਜੀ, ਭਾਰਤ ਨੇ ਹੁਣ ਤੱਕ ਦੇ ਜ਼ਰੂਰੀ ਵਸਤਾਂ ਦੇ ਸਭ ਤੋਂ ਵੱਡੇ ਨਿਰਯਾਤ ਕੋਟੇ ਨੂੰ ਮਨਜ਼ੂਰੀ ਦਿੱਤੀ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ, ਮਾਲਦੀਪ। ਅਤੇ ਦੇਖ ਸਕਦੇ ਹੋ ਹੁਣ ਤੁਸੀਂ ਫਿਰ ਮੈਪ ਦੇ ਵਿੱਚ ਮਾਲਦੀਪ। ਮਾਲਦੀਪ ਦੀ ਕੈਪੀਟਲ ਆ ਮਾਲੇ, ਕਰੰਸੀ ਆ ਮਾਲਦੀਵੀਅਨ ਰੁਪਏ ਆ, ਪ੍ਰੈਜ਼ੀਡੈਂਟ ਆ ਮੁਹੰਮਦ ਮੋਇਜ਼ੂ।
ਇੱਥੋਂ ਦੇ ਪ੍ਰੈਜ਼ੀਡੈਂਟ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ, ਮੁਹੰਮਦ ਮੌਇਜ਼ੂ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।